ਸਸਿਕਾਲ ਦੋਸਤੋ ਇਹ ਮੈਂ ਵੀਡੀਓ ਬਣਾਉਣ ਲੱਗੀ ਆ ਨਿਰਾਸ਼ ਲੋਕਾਂ ਲਈ ਕਿ ਸ਼ਾਇਦ ਤੁਹਾਨੂੰ ਕੋਸ਼ਿਸ਼ ਹੈਲਪ ਹੋ ਸਕੇ ਮੇਰੇ ਵੱਲੋਂ ਮੈਂ ਦੱਸਣਾ ਚਾਹੁੰਦੀ ਆ ਕਿ ਮੈਂ ਆਪਣੀ ਆਪਣੀ ਛੇੜ ਕਰਦੀ ਹਮੇਸ਼ਾ ਹੀ ਇੱਕ ਜਵਾਨਾ ਹੀ ਮੈਂ ਖੂਦ ਦੇ ਕੰਡੇ ਖੜੀ ਹਾਂ ਜਿਵੇਂ ਤੇ ਹਰ ਹੱਥ ਵੱਧ ਰਹੀ ਸੀ ਮੈਨੂੰ ਖੂਦ ਦੇ ਵਿੱਚ ਤੱਕਾ ਦੇਣ ਲਈ ਕਿ ਮਤੇ ਕਿ ਇਨਾ ਹੀ ਪਤਾ ਨਹੀਂ ਮੈਨੂੰ ਅਜੇ ਤੱਕ ਨਹੀਂ ਇਸ ਚੀਜ਼ ਦੀ ਸਮਝ ਆਈ ਕਿ ਇੰਨੀ ਨਫ਼ਰਤ ਕਿਉਂ ਹੀ ਸਾਰੀ ਪੀੜ ਇੱਕ ਬਣ ਨਹੀਂ ਮੈਂ ਇਕੱਲੀ ਇੱਕ ਬਣਿਆ ਮੈਂ ਬਹੁਤ ਹੈਰਾਨ ਹੂੰ ਇਸ ਚੀਜ਼ ਤੋਂ ਕਈ ਵਾਰ ਤੇ ਫਿਰ ਮੈਂ ਕਈ ਵਾਰ ਆਪਣੇ ਆਪ ਨੂੰ ਇੰਨੀ ਸਿਰ ਤੋਂ ਪੈਦਾ ਤੱਕ ਮੈਂ ਕਹਿੰਦੀ ਕੋਈ ਖਰਾਬੀ ਤੇ ਰੱਬ ਨੇ ਨਹੀਂ ਦਿੱਤੀ ਕੋਈ ਅੰਨੀ ਨਹੀਂ ਆ ਕਾਣੀ ਨਹੀਂ ਆ ਜਦੋਂ ਮੈਂ ਮੋਟੀ ਨਹੀਂ ਹਾਂ ਤੇ ਉਹ ਜਦੋਂ ਮੈਂ ਪਤਲੀ ਹਾਂ ਉਦੋਂ ਮੈਨੂੰ ਮੋਟੀ ਕਿਹਾ ਗਿਆ ਜੇ ਮੈਂ ਮੋਟੀ ਹਾਂ ਉਦੋਂ ਮੈਨੂੰ ਪਤਲੀ ਕਿਹਾ ਗਿਆ ਇਸ ਸਮਾਜ ਮਤਕ ਟੋਟਲੀ ਮੇਰੀ ਸਮੇਂ ਤੋਂ ਬਾਹਰ ਹੀ ਤੇ ਜਦੋਂ ਤੁਹਾਡੇ ਕੋਈ ਤੁਹਾਡਾ ਹਾਰਟ ਬ੍ਰੇਕਿੰਗ ਕੋਈ ਦਿਸਤਾਂ ਟੁੱਟਦਾ ਜਾਂ ਤੁਹਾਡੇ ਆਪਣੇ ਪਿਆਰ ਕਰਨ ਵਾਲੇ ਜਿਹੜੇ ਇਸ ਦੁਨੀਆ ਤੋਂ ਹੀ ਚਲੇ ਜਾਂਦੇ ਆ ਤੇ ਤੁਸੀਂ ਇਕੱਲੇ ਰਹਿ ਜਾਂਦੇ ਆ ਨਾ ਤੇ ਇੱਕ ਵੀ ਹੱਥ ਇਕ ਵੀ ਤਾਂ ਹੱਥ ਨਹੀਂ ਫੜ ਲਈ ਹੁੰਦਾ ਕਿ ਕੋਈ ਤਾਂ ਡਾ ਦੁੱਖ ਵੀ ਸ਼ੇਅਰ ਕਰ ਸਕੇ ਤੇ ਤੁਸੀਂ ਇਹੋ ਜੇ ਖੂ ਦੇ ਕੰਡੇ ਤੇ ਖੜੇ ਹੋਨੇ ਆ ਕਿ ਸਾਈ ਤੁਰਤੀ ਦੇ ਲੋਕ ਪਿੱਛੇ ਖੜੇ ਹੁੰਦੇ ਆ ਕਿ ਤੁਹਾਨੂੰ ੱੱਕਾ ਮਾਰਨਾ ਕੋਈ ਤਾਂ ਡਾ ਵੈਲ ਵਿਸ਼ਨ ਨਹੀਂ ਹੁੰਦਾ ਇਦਾਂ ਹੀ ਮੇਰਾ ਇੱਕ ਵੀ ਵੈਲ ਵਿਸ਼ਨ ਨਹੀਂ ਹੈਗਾ ਤੇ ਮੈਂ ਕਿਹਾ ਸੋਚਦੀ ਨਹੀਂ ਮੈਂ ਬਚਾਇਆ ਆਪਣੇ ਆਪ ਨੂੰ ਫਿਰ ਮੈਂ ਸੋਚੀ ਨਹੀਂ ਨਹੀਂ ਉਹ ਸਾਰ ਉਹ ਨਹੀਂ ਲਿਖਿਆ ਗਿਆ ਤੋਂ ਲਿਖਿਆ ਉਹੀ ਉਹਨੇ ਮੈਂ ਕਿ ਪਿੰ ਚੋਂ ਨਿਕਲ ਨਹੀਂ ਪੈਣਾ ਸੀ ਇਹ ਪੈਣਾ ਮੇਸ਼ਾ ਨਹੀਂ ਮੇਰੇ ਕੋਲ ਹੁੰਦੀ ਪਰ ਇਹ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਤੇ ਨਾ ਕੀਤੀ ਹੁੰਦੀ ਆ ਤੇ ਮੈਨੂੰ ਵੀ ਨਹੀਂ ਯਾਦ ਹੁੰਦਾ ਕਿ ਉਹ ਇਹ ਚੀਜ਼ ਹੋਈ ਮੇਰੇ ਨਾਲ ਟਾਈਮ ਟੂ ਟਾਈਮ ਨਿਕਲ ਕੇ ਬਾਹਰ ਆਉਂਦੀ ਰਹਿੰਦੀ ਆ ਕਦੀ ਮੈਂ ਸ਼ੇਅਰ ਕਰ ਲੈਂਦੀ ਕਦੀ ਨਹੀਂ ਸ਼ੇਅਰ ਕਰਦੀ ਤੇ ਪਰ ਜੇ ਤੁਸੀਂ ਆਪਣੇ ਆਪ ਨੂੰ ਜ਼ਿੰਦਾ ਰੱਖੋਗੇ ਉੱਪਰ ਗੁਰੂ ਨਾਨਕ ਦੇਵ ਜੀ ਦਾ ਹੱਥ ਹੋਗਾ ਤੇ ਇਸਰਤੀ ਦੇ ਉੱਤੇ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਨਵੰਬਰ 11 ਨੂੰ ਵੀ ਸੋ ਨਿਰਾ ਦੇਣਿਆ ਕਿੱਥੇ ਮੇਰਾ ਬਰਥਡੇ ਨਹੀਂ ਇਸ ਦੁਨੀਆ ਨੇ ਮੰਨਣ ਦਿੱਤਾ ਤੇ ਮਰ ਕੇ ਮੈਨੂੰ ਐਗਿਸਟ ਹੀ ਨਹੀਂ ਕੀਤਾ ਇਸ ਧਰਤੀ ਤੇ ਕਿ ਮੈਂ ਵੀ ਕੋਈ ਹੈਗਾ ਮਾਂ ਇਨਸਾਨ ਆ ਨਾ ਮੇਰੀ ਵੀ ਕੋਈ ਵੈਲਿਊ ਹੈਗੀ ਉੱਥੇ ਮੈਂ ਗਈ ਇਹ ਹੈ ਗੱਲ ਹੌਰਚ ਰੈਸਟੋਰੈਂਟ ਹੈਗਾ ਬੜਾ ਸ਼ਾਨਦਾਰ ਨਨਕਾਣਾ ਸਾਹਿਬ ਜਾ ਕੇ ਆਇਆ ਸ਼ਾਮ ਨੂੰ ਇੰਨੀ ਸੋਹਣੀ ਮੇਰੇ ਲਈ ਪਾਰਟੀ ਕੀਤੀ ਗਈ ਉੱਥੇ ਮੈਂ ਦੋ ਲਫ਼ਜ਼ ਸ਼ੇਅਰ ਕੀਤੇ ਕਿੰਨੀਆਂ ਰੂਹਾਂ ਮੌਜੂਦ ਹੋਣਗੀਆਂ ਮੈਂ ਉੱਥੇ ਵੀ ਉਹ ਪੇਨ ਦਸੀ ਹਣਾ ਜਿਸ ਪੇਨ ਚੋਂ ਮੈਂ ਗੁਜ਼ਰ ਰਹੀ ਹਾਂ ਔਰ ਮੈਂ ਇਸ ਬਹੁਤ ਜ਼ਿਆਦਾ ਮੈਂ ਖੁਸ਼ ਹੋਈ ਹਾਂ ਔਰ ਇੰਨਾ ਜ਼ਿਆਦਾ ਮੈਨੂੰ ਖੁਸ਼ੀ ਮਿਲੀ ਤੇ ਮੈਨੂੰ ਇਦਾਂ ਲੱਗਾ ਕਿ ਗੁਰੂ ਨਾਨਕ ਦੇਵ ਜੀ ਨੇ ਖੁਦ ਇਹ ਸਾਰੇ ਮੇਰੇ ਲਈ ਕੀਤਾ ਸ਼ਿਆਨਾਂ ਵਾਲਿਆਂ ਨੇ ਹੀ ਰੇਂਜ ਪਰ ਮੈਨੂੰ ਇਦਾਂ ਲੱਗਾ ਗੁਰੂ ਨਾਨਕ ਦੇਵ ਜੀ ਨੇ ਖੁਦ ਉਤਰ ਕੇ ਮੇਰੇ ਲਈ ਇਨਾ ਪਿਆਰ ਨਿਸ਼ਾਵਰ ਕੀਤਾ ਕਿੰਨੀਆਂ ਰੂਹਾਂ ਹੋਣਗੀਆਂ ਸਾਰੇ ਉਸ ਦੇਸ਼ ਦੇ ਲੋਕ ਪਿੰਨ ਪਿੰਨ ਜਗਾ ਤੋਂ ਗਏ ਹੋਏ ਹੀ ਬਾਹਰਲੇ ਦੇਸ਼ ਤੋਂ ਗਏ ਹੋਏ ਸੋ ਆਮ ਸੋ ਗਲੈਡ ਆਮ ਸੋ ਹੈਪੀ ਕਿ ਮੈਂ ਸਟਿਲ ਲਾਇਬੀਆ ਥੈਂਕ ਯੂ